ਆਪਾਂ ਹਰਖੁਆਲ ਦੀ ਧਰਤੀ ਦੇ ਉੱਤੇ ਜਿੱਥੇ ਸਰਬਜੀਤ ਥਿਆੜਾ ਜੀ ਵੱਲੋਂ ਅੱਜ ਜਿਹੜਾ ਅਖਾੜਾ ਜਿਸ ਵਿੱਚ ਖਾਸ ਤੌਰ 'ਤੇ ਜੈਜੀ ਬੈਂਸ ਪਹੁੰਚੇ ਆ, ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਕਿਸ ਤਰ੍ਹਾਂ ਦਾ ਉਹਨਾਂ ਨੂੰ ਮਹਿਸੂਸ ਹੋ ਰਿਹਾ ਇਸ ਜਗ੍ਹਾ ਦੇ ਉੱਤੇ ਆ ਕੇ ਪਰਫੋਰਮ ਕਰਨ ਜਾ ਰਹੇ ਜੈਜੀ ਬੈਂਸ। ਹਾਂਜੀ, ਬਹੁਤ ਵਧੀਆ ਜੀ। ਸਰਬਜੀਤ ਭਾਅ ਜੀ ਸਾਡੇ ਬੜੇ ਅਜ਼ੀਜ਼ ਮਿੱਤਰ ਨੇ, ਪਹਿਲਾਂ ਵੀ ਅਸੀਂ ਅਖਾੜੇ ਲਾਏ ਨੇ ਇਹਨਾਂ ਲਈ ਅਤੇ ਅੱਜ ਫਿਰ ਆਏ ਹਾਂ ਇਹਨਾਂ ਦੇ ਜਿਹੜੀ ਘਰ ਦੀ ਚੱਠ ਆ। ਮਾਲਕ ਬਹੁਤ ਵਧੀਆ, ਕਿਉਂਕਿ ਜਿਹੜੇ ਬਾਹਰਲੇ ਬੰਦੇ ਆ ਇੱਥੋਂ ਚਾਹੇ ਗਏ ਨੇ, ਮਿਹਨਤ ਬਹੁਤ ਕਰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ। ਪੰਜਾਬੀਆਂ ਨੇ ਪੂਰੀ ਦੁਨੀਆ ਭਰ ਦੇ ਵਿੱਚ ਝੰਡੇ ਗੱਡੇ ਹੋਏ ਨੇ ਆਪਣੀ ਮਿਹਨਤ ਦੇ ਨਾਲ। ਸੋ ਮੈਂ ਭਾਅ ਜੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ, ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਆ। ਔਰ ਅੱਜ ਅਖਾੜਾ ਚੱਲ ਰਿਹਾ ਜੀ, ਗੀਤਾ ਜਲਦਾਰ ਲੱਗਾ ਹੋਇਆ, ਖੋਰ ਵੀ ਆ, ਮੈਂ ਆਇਆ ਜੀ, ਸਾਡੀ ਤਾਂ ਘਰ ਵਾਲੀ ਗੱਲ ਆ। ਸੋ ਮੈਂ ਸ਼ੁਕਰਗੁਜ਼ਾਰ ਹਾਂ ਔਰ ਇਹਨਾਂ ਨੂੰ ਮੁਬਾਰਕਬਾਦ ਦਿੰਦਾ। ਮਾਲਕ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ, ਦਿਨ ਦੁੱਗਣੀ ਰਾਤ ਚੌਗਣੀ ਹੋਰ ਤਰੱਕੀ ਬਖਸ਼ੇ ਜੀ ਇਹਨਾਂ ਨੂੰ।